ਤੁਜੇ ਗੈਂਗਸਟਰਾਂ ਦਾ ਰੌਲਾ ਹਾਲੇ ਹੋਰ ਵੀ ਪਿਆ ਹੋਇਆਗਾ ਹੁਣ ਕਹਿੰਦੇ ਕਿ ਬਾਈ ਇਹਨਾਂ ਨੂੰ ਕਾਲੇ ਪਾਣੀ ਦੇ ਜੇਲ੍ਹਾਂ ਵਿੱਚ ਭੇਜਣਾਗਾ ਇਹ ਵੀ ਖਾਸੀ ਖਬਰ ਚੱਲ ਰਹੀ ਹੈਗੀ ਤਿਆਰੀ ਖਿੱਚ ਲਈ ਹੈ ਦੱਸ ਦਿੱਤੇ ਹਨ ਵੈਸੇ ਤਾਂ ਬਾਕੀ ਮੇਰੇ ਖਿਆਲ ਨਾਲ ਜਦੋਂ ਇੰਪਲੀਮੈਂਟ ਹੋ ਗਈ ਉਦੋਂ ਪਤਾ ਲੱਗੇਗਾ ਕਦੋਂ ਤੱਕ ਨਹੀਂ ਨਹੀਂ ਵੈਸੇ ਆਪਾਂ 2-3 ਮਹੀਨੇ ਪਹਿਲਾਂ ਵੀ ਇਹ ਖਬਰ ਕੀਤੀ ਸੀ ਹਾਂਜੀ ਖਬਰ ਕੀਤੀ ਸੀ ਆਪਾਂ ਕਿ ਸੌਦੀ ਜੇਲ੍ਹ ਵਿੱਚ ਮੂਵ ਕਰਨਾ ਕਿਉਂਕਿ NIA ਨੇ ਇੱਕ ਪ੍ਰਪੋਜ਼ਲ ਦਿੱਤਾ ਸੀਗਾ ਇਹਨਾਂ ਨੂੰ ਜੀ ਹੁਣ NIA ਨੇ ਫੇਰ ਲੈਟਰ ਲਿਖਿਆ ਹੈ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਸੈਂਟਰ ਨੂੰ ਹੀ ਕਹਿਣਾ ਸੀਗਾ ਨਾ ਉਹਨਾਂ ਨੇ ਜੀ ਤਾਂ ਸੈਂਟਰ ਸਰਕਾਰ ਮਤਲਬ ਕਿ ਪੂਰਾ ਵਿਚਾਰ ਵਟਾਂਦਰਾ ਕਰਨ ਉਪਰੰਤ ਰਾਜ਼ੀ ਤੇ ਹੈ ਪਰ ਸਾਊਥ ਦੀਆਂ ਜੇਲਾਂ ਵਾਲਾ ਮਸਲਾ ਮੈਨੂੰ ਨਹੀਂ ਲੱਗਦਾ ਕਿ ਉਹ ਹੱਲ ਹੋਏਗਾ ਜਿਆ ਮਤਲਬ ਇਹ ਸਕੀਮ ਸਿਰੇ ਚੜਜੂਗੀ ਉਹਦਾ ਇੱਕ ਕਾਰਨ ਹੈ ਜੀ ਕਿਉਂਕਿ ਜੇਲਾਂ ਦਾ ਜਿਹੜਾ ਸਿਸਟਮ ਹੁੰਦਾ ਹੈ ਨਾ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣਾ ਕਿ ਜੇਲਾਂ ਜਿਹੜੀਆਂ ਹੁੰਦੀਆਂ ਨੇ ਉਹ ਰਾਜ ਦੇ ਪ੍ਰਬੰਧ ਦਾ ਹਿੱਸਾ ਹੁੰਦੀਆਂ ਨੇ ਇਹਨਾਂ ਦੇ ਅਧਿਕਾਰ ਖੇਤਰ ਦੇ ਤਹਿਤ ਹੁੰਦੀਆਂ ਨੇ ਸਟੇਟ ਦੇ ਜੀ ਠੀਕ ਹੈ ਨਾ ਜੀ ਤਾਂ ਹੀ ਆਪੋ ਦਨ ਗੱਲ ਕਰਦੇ ਸੀ ਕਿ ਹਰੇਕ ਸਟੇਟ ਦਾ ਇੱਕ ਜੇਲ ਮੈਨੂਅਲ ਆ ਆਪਣਾ ਜਿਹੜਾ ਉਹਨਾਂ ਦੀਆਂ ਜੇਲਾਂ ਤੇ ਲਾਗੂ ਹੁੰਦਾ ਹੈ ਜੀ ਹੁਣ ਮੰਨ ਲਓ ਸਾਊਥ ਦੀ ਜੇਲ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਭੇਜਣਾ ਕੋਈ ABC ਗੈਂਗਸਟਰ ਹੈ ਤਾਂ ਉਥੋਂ ਦੀ ਪਹਿਲਾਂ ਜੇਲ ਦੀ ਪਰਮਿਸ਼ਨ ਲਾਉਂਗੇ ਨਾ ਤੇ ਸਾਊਥ ਦੇ ਵਿੱਚ ਤੇ ਇਹਨਾਂ ਦੀ ਸਰਕਾਰ ਸੁੱਖ ਨਾਲ ਕੋਈ ਰਹੀ ਨਹੀਂ ਕਿਨਾਂ ਤੋਂ ਲਾਉਂਗੇ ਪਰਮਿਸ਼ਨ ਕਿੰਨਾ ਤੋਂ ਲੋਂਗੇ ਅਗਲੇ ਦੀ ਮਰਜ਼ੀ ਅਗਲਾ ਕਹੇਗਾ ਯਾਰ ਅਸੀਂ ਬਗਾਨੇ ਘਰ ਦੀ ਅੱਗ ਆਪਣੀਆਂ ਰਜਾਈਆਂ ਤਲਾਈਆਂ ਚ ਲਿਆ ਕੇ ਕਿਉਂ ਪਾਈ ਆ ਵੀ ਇਹ ਚਲੋ ਠੀਕ ਆ ਬੋਲੀ ਕੋਈ 5 ਮਹੀਨੇ 4 ਮਹੀਨੇ ਨਾ ਬੋਲਣਗੇ ਇਹਨਾਂ ਨੇ ਤੇ ਮੁੜ ਕੇ ਸਿੱਖ ਜਾਣੀ ਤਮਲ ਵੀ ਸਿੱਖ ਜਾਣਗੇ ਕੰਨੜ ਵੀ ਸਿੱਖ ਜਾਣਗੇ ਮਲਿਆਲਮ ਵੀ ਸਿੱਖ ਜਾਣਗੇ ਉਹ ਆਖਣਗੇ ਇੱਥੇ ਸਾਡੇ ਵਾਲਿਆਂ ਨੂੰ ਫੋਨ ਕਰੀਏ ਕਰਨੀ ਕਿ ਐਂਕਾ ਹਾਂਜੀ ਨਾ ਹੋਇਆ ਤੇ ਥੋੜੇ ਪੈਸੇ ਹੀ ਚਾਹੀਦੇ ਉਹ ਤੋਂ ਦੁਬਾਸ਼ੀਆ ਲੈ ਲੈਣ ਹੋਣਗੇ ਉੱਥੇ ਉਹਨਾਂ ਨੇ ਦੁਬਾਸ਼ੀਆ ਦੇ ਦੇਣਾ ਵੀ ਆ ਕੋਈ ਗੱਲ ਨਹੀਂ ਟਰਾਂਸਲੇਟਰ ਆ ਜਾਏਗਾ ਵਿੱਚ ਜੀ ਤੋ ਮਤਲਬ ਕਿ ਅਗਲਾ ਇਹ ਤਾਂ ਸੋਚੇਗਾ ਨਾ ਇੱਕ ਕਾਮਨ ਸੈਂਸ ਦੀ ਗੱਲ ਹੈ ਮਾਨ ਸਾਹਿਬ ਸਾਊਥ ਵਾਲੀ ਕੋਈ ਵੀ ਜੇਲ ਜਿਹੜੀ ਉਹ ਸੋਚੇਗੀ ਨਾ ਜੀ ਕਿ ਭਾਈ ਅਸੀਂ ਨਾਰਥ ਵਾਲਿਆਂ ਦੀ ਸਮੱਸਿਆ ਜਿਹੜੀ ਉਹ ਇੱਥੇ ਲਿਆ ਕੇ ਅਸੀਂ ਉਹਨਾਂ ਨੂੰ ਪਾਈ ਇੱਥੇ ਕਿਵੇਂ ਖਾਧ ਪਾਣੀ ਪਾਈਏ ਤਾਂ ਕਿ ਲ ਹੋ ਸਕਦਾ ਹੈ ਨਾ ਕਰੇ ਕਿਉਂਕਿ ਸਟੇਟ ਨੂੰ ਸੈਂਟਰ ਇਸ ਮਾਮਲੇ 'ਚ ਮਜਬੂਰ ਨਹੀਂ ਕਰ ਸਕਦਾ ਜਿਵੇਂ ਆਪਾਂ ਡਿਬਰੂਗਾੜਾ ਵਾਲਾ ਮਸਲਾ ਦੇਖਿਆ ਯਾਦ ਹੈ ਨਾ ਡਿਬਰੂਗਾੜਾ ਵਾਲਾ ਮਸਲਾ ਕੀ ਸੀ ਕਿ ਸੈਂਟਰ ਨੇ ਸਾਰਾ ਕੰਮ ਸੈੱਟ ਕੀਤਾ ਸੀਗਾ ਇਹਦੇ ਤੇ ਆਪਾਂ ਲੰਮੀ ਚੌੜੀ ਗੱਲ ਕੀਤੀ ਐ ਕਿ ਸਾਰਾ ਕੁਛ ਅਮਿਤ ਸ਼ਾਹ ਨਾਲ ਮੁਲਾਕਾਤ ਹੋ ਕੇ ਭਗਵੰਤ ਮਾਨ ਜੀ ਦੀ ਉਹ ਸਾਰਾ ਕੁਝ ਸੈੱਟ ਸੀਗਾ ਜੀ ਤਾਂ ਕਿਉਂਕਿ ਉੱਥੇ ਉਹਨਾਂ ਦੀ ਸਰਕਾਰ ਸੀਗੀ ਭਾਜਪਾ ਦੇ ਜੀ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ ਸੈਂਟਰ ਵਿੱਚ ਸੀਗਾ ਪੰਜਾਬ ਵਾਲਿਆਂ ਨੇ ਜਿਹੜੇ ਇੱਥੋਂ ਬੰਦੇ ਚੁੱਕੇ ਤੇ ਉੱਥੇ ਸੁੱਟਦੇ ਹੁਣ ਗੱਲ ਇਹ ਹੈ ਕਿ ਸਾਊਥ ਦੇ ਵਿੱਚ ਜਦੋਂ ਤੱਕ ਉਹ ਪਰਮਿਸ਼ਨ ਨਹੀਂ ਦੇਣਗੇ ਨਹੀਂ ਪੀ ਸਕਦੇ ਤਾਂ ਉਹਨਾਂ ਨੇ ਹੁਣ ਇੱਕ ਨਵਾਂ ਆਈਡੀਆ ਲੱਭ ਲਿਆਊਗਾ ਵੀ ਆਪਾਂ ਇਸ ਤਰ੍ਹਾਂ ਕਰਦੇ ਹਾਂ ਸਾਊਥ ਛੱਡੋ ਇੱਧਰ ਉੱਧਰ ਛੱਡੋ ਨਾਰਥ-ਈਸਟ ਛੱਡੋ ਕਿ ਆਪਾਂ ਇਹਨਾਂ ਨੂੰ ਤੋੜ ਦਿੰਨੇ ਆਂ ਅੰਡੇਮਾਨ ਜੀ ਉਹਨੂੰ ਹੁਣ ਆਪਾਂ ਕਾਲੇ ਪਾਣੀ ਆਖੀ ਜਾਂਦੇ ਆਂ ਕਾਲਾ ਪਾਣੀ ਜੇਲ ਜਿਹੜੀ ਸੀ ਉਹ ਇੱਕ ਵੱਖਰੀ ਜੇਲ ਸੀਗੀ ਮਾਨ ਸਾਹਿਬ ਜੀ ਉਸ ਜੇਲ ਬਾਰੇ ਕਈ ਕਿਤਾਬਾਂ ਛਪੀਆਂ ਨੇ ਕਈ ਆਰਟੀਕਲ ਛਪੇ ਨੇ ਉਹ ਤੁਸੀਂ ਪੜ੍ਹ ਸਕਦੇ ਹੋ ਉਹ ਬੜੀਆਂ ਤੰਗ ਕੋਠੜੀਆਂ ਸੀ ਤੇ ਬਹੁਤ ਬੁਰਾ ਹਾਲ ਸੀ ਕੋਲੂ ਵਾਂਗੂ ਮਤਲਬ ਕਿ ਜਿੱਦਾਂ ਕੋਲੂ ਤੇ ਚੱਲਦੇ ਨਾ ਬੰਦੇ ਐ ਜੂ ਉਹ ਅੱਗੇ ਜੋਪੇ ਜਾਂਦੇ ਸੀਗੇ ਜੀ ਜੋਤੇ ਜਾਂਦੇ ਜਿੱਦਾਂ ਕਹ ਲਓ ਤੇ ਉਹ ਤੇਲ ਕਢਾਈ ਜਾਂਦੇ ਸੀ ਉਹਨਾਂ ਨੂੰ ਉਸ ਟਾਈਮ ਅੱਛਾ ਜੀ ਹਾਂ ਜੀ ਉਹ ਪੜਿਓ ਕਿਤੇ ਕੋਈ ਆਰਟੀਕਲ ਮਿਲ ਜਾਵੇ ਕੋਈ ਕਿਤਾਬ ਮਿਲ ਜਾਵੇ ਜੀ ਸੋ ਗੱਲ ਇਹ ਆ ਕਿ ਉਹ ਕਾਲੇ ਪਾਣੀ ਨੂੰ ਨਾਂ ਦਾ ਉਹ ਤਾਂ ਸੈਲੂਲਰ ਜੇਲ ਕਹਿੰਦੇ ਸੀ ਉਹਨੂੰ ਉਹ ਤਾਂ ਮਿਊਜ਼ੀਅਮ ਬਣੀ ਪਈ ਅਖਤਰਾ ਨਾਲ ਜੀ ਤਾਂ ਇੱਕ ਨਵੀਂ ਜੇਲ ਹੋਏਗੀ ਕਿਉਂਕਿ ਰੌਲਾ ਇਹ ਆ ਕਿ ਜੜਾਂਡੇਮਨ ਇੱਕੋ ਵਾਰ ਹੈ ਉਹ ਯੂਟੀ ਚ ਆ ਗਿਆ ਨਾ ਤਾਂ ਉੱਥੇ ਸਟੇਟ ਦੀ ਪਰਮਿਸ਼ਨ ਲੈਣੀ ਜ਼ਰੂਰੀ ਨਹੀਂ ਸੈਂਟਰ ਦੀ ਪਰਮਿਸ਼ਨ ਚਾਹੀਦੀ ਹੈ ਤਾਂ ਸੈਂਟਰ ਹੀ ਜੇ ਰਾਜ਼ੀ ਹੈ ਤਾਂ ਫਿਰ ਇੱਥੋਂ ਬੰਦੇ ਜਿਹੜੇ ਆ ਉਹ ਕੱਢੇ ਜਾ ਸਕਦੇ ਤਾਂ ਇਸ ਕਰਕੇ ਹੋ ਸਕਦਾ ਕੋਈ 10 15 ਜਿਹੜੇ ਕਹਿੰਦੇ ਦੋ ਸਿੰਡੀਕੇਟ ਦੇ ਵਿੱਚ ਹੈਗੇ ਨੇ ਵੱਡੇ ਬੰਦੇ ਉਹਨਾਂ ਨੂੰ ਉੱਥੇ ਭੇਜ ਦਿੱਤਾ ਜਾਵੇ ਸੋ ਹੁਣ ਆਪਾਂ ਕਾਲੇ ਪਾਣੀ ਕਹੋ ਜਾਂਡੇਮਨ ਦੀ ਜੇਲ ਕਹੋ ਇਹ ਸੰਭਾਵਨਾ ਹੈ ओके ਅੱਜ ਤੁਸੀਂ ਜੇ ਦੇਖੋਗੇ ਤੇ ਸਾਰੇ ਚੈਨਲਾਂ 'ਤੇ ਸਾਰੇ ਖ਼ਬਰਾਂ 'ਚ ਤਕਰੀਬਨ ਇਹ ਖ਼ਬਰ ਚੱਡੀ ਹੈ ਉਸ਼ਾਇਆ ਜਨ ਸ਼ੁਰੂ ਹੋਈ ਆ ਜੀ ਜੀ ਬਿਲਕੁਲ ਬਿਲਕੁਲ ਜੀ ਤੇ ਇਧਰੋਂ ਨਾਲ ਹੀ ਇੱਕ ਵੀਰ ਆਪਣੇ ਸਿਮਰਜੀਤ ਜੀ ਕਹਿੰਦੇ ਜੀ ਕਿ ਇਹ ਸਕੀਮ ਨਹੀਂ ਸਿਰੇ ਚੜਨੀ ਜੀ ਦੇਖਣ ਵਾਲੀ ਤਾਂ ਕਿਉਂਕਿ ਉਹਨਾਂ ਨੇ ਪਰਮਿਸ਼ਨ ਦੇ ਨਹੀਂ ਪਰ ਨਾਲ ਹੀ ਕਹਿੰਦੇ ਕਿ ਕੇਂਦਰੀ ਜੇਲ ਹੈ ਜੀ ਉਹ ਤਾਂ ਕਹਿੰਦੇ ਕਿ ਵੀ ਕੇਂਦਰ ਦੇ ਨਹੀਂ 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 ਕੇਂਦਰੀ ਜੇਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕੇਂਦਰ ਦੇ ਤਹਿਤ ਅਧੀਨ ਹੁੰਦੀ ਹੈ ਜੀ ਨਹੀਂ 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 ਕਿ ਸੂਬੇ ਦੇ ਪ੍ਰਭਾਵ ਸੂਬੇ ਨਹੀਂ ਉਹਦੇ ਚ ਕੀ ਹੁੰਦਾ ਹੈ ਕਿ ਇੱਕ ਦੇਖੋ ਜਿਵੇਂ ਮੈਂ ਤੁਹਾਨੂੰ ਆਪਣੇ ਨੇੜੇ ਦੀ ਮਿਸਾਲ ਦੇ ਦਿੰਦਾ ਫਾਜ਼ਲ ਕਾ ਕੀ ਹੈ ਸਬ ਜੇਲ ਫਰੋਜ਼ਪੁਰ ਕੀ ਹੈ ਸੈਂਟਰ ਜੇਲ ਮਤਲਬ ਕਿ ਛੋਟੇ ਕੇਸਾਂ ਵਾਲਿਆਂ ਨੂੰ ਸਬ ਜੇਲ ਵਿੱਚ ਰੱਖ ਲਿਆ ਜਾਂਦਾ ਵੱਡੇ ਕੇਸਾਂ ਵਾਲਿਆਂ ਨੂੰ ਜਿਹੜਾ ਉੱਥੇ ਭੇਜ ਦਿੱਤਾ ਜਾਂਦਾ ਉਹ ਇੱਕ ਸਿਸਟਮ ਇੱਥੋਂ ਦਾ ਹੈ ਇਹ ਨਹੀਂ ਹੈ ਕਿ ਸੈਂਟਰ ਦੀ ਜੇਲ ਅੱਡ ਬਣੀ ਹੋਈ ਹੈ ਇੱਥੇ ਜਿਹਾ ਅਸੀਂ ਕੇਂਦਰੀ ਜੇਲ ਕਰਕੇ ਸਮਝ ਲਈ ਕਿ ਇਹ ਨਹੀਂ 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 ਉਹ ਸੈਂਟਰ ਹੁੰਦਾ ਵੀ ਸੈਂਟਰ ਆ ਇਹ ਸੈਂਟਰ ਆ ਇਹ ਵੀ ਸਾਰੇ ਜ਼ਿਲ੍ਹੇ ਚੋਂ ਜਾਂ ਤਿੰਨ ਚਾਰ ਜ਼ਿਲ੍ਹਿਆਂ ਚੋਂ ਉਹ ਇੱਕ ਸੈਂਟਰ ਬਣਾ ਦਿੱਤਾ ਪਹਿਲਾ ਜ਼ਿਲ੍ਹਾ ਘਟ ਹੁੰਦੀਆਂ ਸੀਗੀਆਂ ਕਿ ਜੇ ਕੋਈ ਲੜਦਾ ਪਿੱੜਦਾ ਉੱਥੇ ਉਹ ਸੈਂਟਰ ਚ ਭੇਜ ਦਿਓ ਉਹ ਇਹ ਸਿਸਟਮ ਹੁੰਦਾ ਮੇਰੇ ਖਿਆਲ ਦੇ ਨਾਲ ਇਹ ਨਹੀਂ ਹੈ ਕਿ ਉਹਦਾ ਪ੍ਰਬੰਧ ਜਿਹੜਾ ਹੈ ਇਦਾਂ ਤਾਂ ਫਿਰ ਹੁਣ ਤਾਂ ਸੈਂਟਰਲ ਜ਼ਿਲ੍ਹਾ ਆਪਣੇ ਵਾਵਾ ਹੋ ਗਈਆਂ ਲੁਧਿਆਣਾ ਵੀ ਸੈਂਟਰਲ ਆ ਪਟਿਆਲਾ ਵੀ ਸੈਂਟਰਲ ਆ ਵੀ ਯਾਨੀ ਸੈਂਟਰ ਨੇ ਖੋਲ ਰੱਖਿਆ ਐਸਾ ਨਹੀਂ ਹੈ ਉਹਦੇ ਵਿੱਚ ਵੀ ਆਪਣਾ ਪੰਜਾਬ ਦਾ ਹੀ ਜਿਹੜਾ ਜੇਲ ਮੈਨੂਅਲ ਉਹ ਲਾਗੂ ਹੁੰਦਾ ਹੈ ਜੀ ਜੀ ਬਿਲਕੁਲ ਇਹ ਹੁੰਦਾ ਕਿ ਸਭ ਜੇਲ ਹੈ ਜ਼ਿਲ੍ਹਾ ਜੇਲ ਹੈ ਤੇ ਉਸ ਤੋਂ ਬਾਅਦ ਉਹ ਸੈਂਟਰ ਆ ਗਿਆ ਬਿਲਕੁਲ ਬਿਲਕੁਲ ਜਸਵੀਰ ਜੀ ਕਨੇ ਜੀ ਅੱਜ ਦੇ ਸਮੇਂ ਵਿੱਚ ਪੈਸਾ ਚੱਲਦਾਗਾ ਭਾਵੇਂ ਕਹਿੰਦੇ ਕਿ ਇਹਨਾਂ ਨੂੰ ਕੰਬੂੜੀਆਂ ਭੇਜ ਦਿਓ ਜੀ ਕਹਿੰਦੇ ਕਿ ਤੇ ਜੀ ਗੈਂਗਸਟਰਾਂ ਦਾ ਰੌਲਾ ਹਲੇ ਹੋਰ ਵੀ ਪਿਆ ਹੋਇਆਗਾ ਹੁਣ ਕਹਿੰਦੇ ਕਿ ਬਾਈ ਇਹਨਾਂ ਨੂੰ ਕਾਲੇ ਪਾਣੀ ਦੀ ਜਿਲ੍ਹਾਂਾਂ ਵਿੱਚ ਭੇਜਣਾਗਾ ਇਹ ਵੀ ਖਾਸੀ ਖਬਰ ਚੱਲ ਰਹੀ ਹੈਗੀ ਤਿਆਰੀ ਖਿੱਚ ਲਈ ਹੈ ਦੱਸ ਦਿੱਤੇ ਹਨ ਵੈਸੇ ਤਾਂ ਕਿ ਮੇਰੇ ਖਿਆਲ ਨਾਲ ਜਦੋਂ ਇੰਪਲੀਮੈਂਟ ਹੋ ਗਿਆ ਉਦੋਂ ਪਤਾ ਲੱਗੇਗਾ ਕਦੋਂ ਤੱਕ ਨਹੀਂ ਨਹੀਂ ਵੈਸੇ ਆਪਾਂ 2-3 ਮਹੀਨੇ ਪਹਿਲਾਂ ਵੀ ਖਬਰ ਕੀਤੀ ਸੀ ਹਾਂਜੀ ਖਬਰ ਕੀਤੀ ਸੀ ਆਪਾਂ ਕਿ ਸਾਊਦੀ ਜੇਲ੍ਹ ਚ ਮੂਵ ਕਰਨਾ ਕਿਉਂਕਿ ਐਨਆਈਏ ਨੇ ਇੱਕ ਪ੍ਰਪੋਜ਼ਲ ਦਿੱਤਾ ਸੀਗਾ ਇਹਨਾਂ ਨੂੰ ਜੀ ਹੁਣ ਐਨਆਈਏ ਨੇ ਫੇਰ ਲੈਟਰ ਲਿਖਿਆ ਹੈ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਸੈਂਟਰ ਨੂੰ ਹੀ ਕਹਿਣਾ ਸੀਗਾ ਨਾ ਉਹਨਾਂ ਨੇ ਜੀ ਤਾਂ ਸੈਂਟਰ ਸਰਕਾਰ ਮਤਲਬ ਕਿ ਪੂਰਾ ਵਿਚਾਰ ਵਟਾਂਦਰਾ ਕਰਨ ਉਪਰੰਤ ਰਾਜੀ ਤੇ ਹੈ ਪਰ ਸਾਊਥ ਦੀਆਂ ਜੇਲਾਂ ਵਾਲਾ ਮਸਲਾ ਮੈਨੂੰ ਨਹੀਂ ਲੱਗਦਾ ਕਿ ਉਹ ਹੱਲ ਹੋਏਗਾ। ਇਹ ਮਦਲੇ ਸਕੀਮ ਸਿਰੇ ਚੜਜੂਗੀ। ਉਹਦਾ ਇੱਕ ਕਾਰਨ ਹੈ। ਜੀ ਕਿਉਂਕਿ ਜੇਲਾਂ ਦਾ ਜਿਹੜਾ ਸਿਸਟਮ ਹੁੰਦਾ ਹੈ ਨਾ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣਾ ਕਿ ਜੇਲਾਂ ਜਿਹੜੀਆਂ ਹੁੰਦੀਆਂ ਨੇ ਉਹ ਰਾਜ ਦੇ ਪ੍ਰਬੰਧ ਦਾ ਹਿੱਸਾ ਹੁੰਦੀਆਂ ਨੇ। ਇਹਨਾਂ ਦੇ ਅਧਿਕਾਰ ਖੇਤਰ ਦੇ ਤਹਿਤ ਹੁੰਦੀਆਂ ਨੇ ਸਟੇਟ ਦੇ। ਜੀ ਠੀਕ ਹੈ ਨਾ ਜੀ ਤਾਂ ਹੀ ਆਪੋਦਨ ਗੱਲ ਕਰਦੇ ਸੀ ਕਿ ਹਰੇਕ ਸਟੇਟ ਦਾ ਇੱਕ ਜੇਲ ਮੈਨੂਅਲ ਆਪਣਾ ਜਿਹੜਾ ਉਹਨਾਂ ਦੀਆਂ ਜੇਲਾਂ ਤੇ ਲਾਗੂ ਹੁੰਦਾ ਹੈ। ਜੀ ਹੁਣ ਮੰਨ ਲਓ ਸਾਊਥ ਦੀ ਜੇਲ੍ਹ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਭੇਜਣਾ ਕੋਈ ABC ਗੈਂਗਸਟਰ ਹੈ ਤਾਂ ਉੱਥੋਂ ਦੀ ਪਹਿਲਾਂ ਜੇਲ੍ਹ ਦੀ ਪਰਮਿਸ਼ਨ ਲਹੋਗੇ ਨਾ ਤੇ ਸਾਊਥ ਦੇ ਵਿੱਚ ਤੇ ਇਹਨਾਂ ਦੀ ਸਰਕਾਰ ਸੁੱਖ ਨਾਲ ਕੋਈ ਰਹੀ ਨਹੀਂ ਕਿਨਾਂ ਤੋਂ ਲਹੋਗੇ ਪਰਮੇਸ਼ੁਰ ਕਿਨਾਂ ਤੋਂ ਲਹੋਗੇ ਅਗਲੇ ਦੀ ਮਰਜ਼ੀ ਅਗਲਾ ਕਹੇਗਾ ਯਾਰ ਅਸੀਂ ਬਗਾਨੇ ਘਰ ਦੀ ਅੱਗ ਆਪਣੀਆਂ ਰਜਾਈਆਂ ਤਲਾਂਗੀਆਂ ਚ ਲਿਆ ਕੇ ਕਿਉਂ ਪਾਈ ਆ ਵੀ ਏ ਚਲੋ ਠੀਕ ਆ ਬੋਲੀ ਕੋਈ 5 ਮਹੀਨੇ 4 ਮਹੀਨੇ ਨਾ ਬੋਲਣਗੇ ਇਹਨਾਂ ਨੇ ਤੇ ਮੁੜ ਕੇ ਸਿੱਖ ਜਾਣੀ ਤਾਂ ਮਲ ਵੀ ਸਿੱਖ ਜਾਣਗੇ ਕੰਨੜ ਵੀ ਸਿੱਖ ਜਾਣਗੇ ਮਲਿਆਲਮ ਵੀ ਸਿੱਖ ਜਾਣਗੇ ਉਹ ਆਖਣਗੇ ਇੱਥੇ ਸਾਡੇ ਵਾਲਿਆਂ ਨੂੰ ਫੋਨ ਕਰੀਏ ਕਰਨਗੇ ਹਾਂ ਜੀ ਨਾ ਹੋਇਆ ਤੇ ਥੋੜੇ ਪੈਸੇ ਹੀ ਚਾਹੀਦੇ ਉਹ ਤੋਂ ਦੁਪਾਸ਼ੀਆ ਲੈ ਲਾਉਣਗੇ ਉੱਥੇ ਉਹਨਾਂ ਨੇ ਦੁਪਾਸ਼ੀਆ ਦੇ ਦੇਣਾ ਵੀ ਹਾਂ ਕੋਈ ਗੱਲ ਨਹੀਂ ਟਰਾਂਸਲੇਟਰ ਆ ਜਾਏਗਾ ਵਿੱਚ ਜੀ ਤਾਂ ਮਤਲਬ ਕਿ ਅਗਲਾ ਇਹ ਤਾਂ ਸੋਚੇਗਾ ਨਾ ਇੱਕ ਕਾਮਨ ਸੈਂਸ ਦੀ ਗੱਲ ਹੈ ਮਾਨ ਸਾਹਿਬ ਸੌਤ ਵਾਲੀ ਕੋਈ ਵੀ ਜੇਲ ਜਿਹੜੀ ਉਹ ਸੋਚੇਗੀ ਨਾ ਜੀ ਕਿ ਭਾਈ ਅਸੀਂ ਨਾਰਥ ਵਾਲਿਆਂ ਦੀ ਸਮੱਸਿਆ ਜਿਹੜੀ ਉਹ ਇੱਥੇ ਲਿਆ ਕੇ ਅਸੀਂ ਉਹਨਾਂ ਨੂੰ ਪਾਈਏ ਇੱਥੇ ਕਿਵੇਂ ਖਾਦ ਪਾਣੀ ਪਾਈਏ ਤੱਕ ਲੈ ਹੋ ਸਕਦਾ ਹੈ ਨਾ ਕਰੇ ਕਿਉਂਕਿ ਸਟੇਟ ਨੂੰ ਸੈਂਟਰ ਇਸ ਮਾਮਲੇ 'ਚ ਮਜਬੂਰ ਨਹੀਂ ਕਰ ਸਕਦੀ ਜਿਵੇਂ ਆਪਾਂ ਡਿਬਰੂਗਾੜਾ ਵਾਲਾ ਮਸਲਾ ਦੇਖਿਆ ਯਾਦ ਹੈ ਨਾ ਡਿਬਰੂਗਾੜਾ ਵਾਲਾ ਮਸਲਾ ਕੀ ਸੀ ਕਿ ਸੈਂਟਰ ਨੇ ਸਾਰਾ ਕੰਮ ਸੈੱਟ ਕੀਤਾ ਸੀਗਾ ਇਹਦੇ ਤੇ ਆਪਾਂ ਲੰਮੀ ਚੌੜੀ ਗੱਲ ਕੀਤੀ ਹੈ ਕਿ ਸਾਰਾ ਕੁਝ ਉਹ ਸ਼ਮ ਇਤਸ਼ਾ ਨਾਲ ਮੁਲਾਕਾਤੋ ਕੇ ਭਗਵੰਤ ਮਾਨ ਜੀ ਦੀ ਉਹ ਸਾਰਾ ਕੁਝ ਸੈੱਟ ਸੀਗਾ ਜੀ ਤਾਂ ਕਿਉਂਕਿ ਉੱਥੇ ਉਹਨਾਂ ਦੀ ਸਰਕਾਰ ਸੀਗੀ ਭਾਜਪਾ ਦੀ ਜੀ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ ਸੈਂਟਰ ਵਿੱਚ ਸੀਗਾ ਪੰਜਾਬ ਵਾਲਿਆਂ ਨੇ ਜਿਹੜੇ ਇੱਥੋਂ ਬੰਦੇ ਚੁੱਕੇ ਤੇ ਉੱਥੇ ਸੁੱਟਦੇ ਹੁਣ ਗੱਲ ਇਹ ਹੈ ਕਿ ਸਾਊਥ ਦੇ ਵਿੱਚ ਜਦੋਂ ਤੱਕ ਉਹ ਪਰਮਿਸ਼ਨ ਨਹੀਂ ਦੇਣਗੇ ਨਹੀਂ ਪੀ ਸਕਦੇ ਤਾਂ ਉਹਨਾਂ ਨੇ ਹੁਣ ਇੱਕ ਨਵਾਂ ਆਈਡੀਆ ਲੱਭ ਲਿਆ ਹੋਊਗਾ ਵੀ ਆਪਾਂ ਇਸ ਤਰ੍ਹਾਂ ਕਰਦੇ ਆਂ ਸਾਊਥ ਛੱਡੋ ਇਧਰ ਉਧਰ ਛੱਡੋ ਨਾਰਥ-ਈਸਟ ਛੱਡੋ ਕਿ ਆਪਾਂ ਇਹਨਾਂ ਨੂੰ ਤੋੜ ਦਿੰਨੇ ਆਂ ਅੰਡੇਵਾਂ ਜੀ ਉਹਨੂੰ ਹੁਣ ਆਪਾਂ ਕਾਲੇ ਪਾਣੀ ਆਖੀ ਜਾਂਦੇ ਆਂ ਕਾਲਾ ਪਾਣੀ ਜੇਲ ਜਿਹੜੀ ਸੀ ਉਹ ਇੱਕ ਵੱਖਰੀ ਜੇਲ ਸੀਗੀ ਮਾਨ ਸਾਹਿਬ ਜੀ ਉਸ ਜੇਲ ਬਾਰੇ ਕਈ ਕਿਤਾਬਾਂ ਛਪੀਆਂ ਨੇ ਕਈ ਆਰਟੀਕਲ ਛਪੇ ਨੇ ਉਹ ਤੁਸੀਂ ਪੜ੍ਹ ਸਕਦੇ ਹੋ ਉਹ ਬੜੀਆਂ ਤੰਗ ਕੋਠੜੀਆਂ ਸੀ ਤੇ ਬਹੁਤ ਬੁਰਾ ਹਾਲ ਸੀ ਕੋਲੂ ਵਾਂਗੂ ਮਤਲਬ ਕਿ ਜਿੱਦਾਂ ਕੋਲੂ ਤੇ ਚੱਲਦੇ ਨਾ ਬੰਦੇ ਐ ਜੂ ਉਹ ਅੱਗੇ ਜੋਪੇ ਜਾਂਦੇ ਸੀਗੇ ਜੀ ਜੋਤੇ ਜਾਂਦੇ ਜਿੱਦਾਂ ਕਹ ਲੋ ਤੇ ਉਹ ਤੇਲ ਕਢਾਈ ਜਾਂਦੇ ਸੀ ਉਹਨਾਂ ਨੂੰ ਉਸ ਟਾਈਮ ਅੱਛਾ ਜੀ ਹਾਂ ਜੀ ਉਹ ਪੜਿਓ ਕਿਤੇ ਕੋਈ ਆਰਟੀਕਲ ਮਿਲ ਜਾਵੇ ਕੋਈ ਕਿਤਾਬ ਮਿਲ ਜਾਵੇ ਜੀ ਸੋ ਗੱਲ ਇਹ ਆ ਕਿ ਉਹ ਕਾਲੇ ਪਾਣੀ ਨੂੰ ਨਾਂ ਦਾ ਉਹ ਤਾਂ ਸੈਲੂਲਰ ਜੇਲ ਕਹਿੰਦੇ ਸੀ ਉਹਨੂੰ ਉਹ ਤਾਂ ਮਿਊਜ਼ੀਅਮ ਬਣੀ ਪਈ ਇੱਕ ਤਰ੍ਹਾਂ ਨਾਲ ਜੀ ਤਾਂ ਇੱਕ ਨਵੀਂ ਜੇਲ ਹੋਏਗੀ ਕਿਉਂਕਿ ਰੌਲਾ ਇਹ ਆ ਕਿ ਜਿਹੜਾ ਅੰਡੇਮਨ ਇੱਕੋ ਵਾਰ ਹੈ ਉਹ ਯੂਟੀ ਚ ਆ ਗਿਆ ਨਾ ਤਾਂ ਉੱਥੇ ਸਟੇਟ ਦੀ ਪਰਮਿਸ਼ਨ ਲੈਣੀ ਜ਼ਰੂਰੀ ਨਹੀਂ ਸੈਂਟਰ ਦੀ ਪਰਮਿਸ਼ਨ ਚਾਹੀਦੀ ਹੈ ਤਾਂ ਸੈਂਟਰ ਹੀ ਜੇ ਰਾਜ਼ੀ ਹੈ ਤਾਂ ਫਿਰ ਇੱਥੋਂ ਬੰਦੇ ਜਿਹੜੇ ਆ ਉਹ ਕੱਢੇ ਜਾ ਸਕਦੇ ਤਾਂ ਇਸ ਕਰਕੇ ਹੋ ਸਕਦਾ ਕੋਈ 10-15 ਜਿਹੜੇ ਅ ਕਹਿ ਲਓ ਕਿ ਦੋ ਸਿੰਡੀਕੇਟ ਦੇ ਵਿੱਚ ਹੈਗੇ ਨੇ ਵੱਡੇ ਬੰਦੇ ਉਹਨਾਂ ਨੂੰ ਉੱਥੇ ਭੇਜ ਦਿੱਤਾ ਜਾਵੇ ਸੋ ਹੁਣ ਆਪਾਂ ਕਾਲੇ ਪਾਣੀ ਕਹਿ ਲਓ ਜਾਂ ਡੇ ਮੰਦੀ ਜੇਲ੍ਹ ਕਹਿ ਲਓ ਇਹ ਸੰਭਾਵਨਾ ਹੈ ਕਿਉਂਕਿ ਅੱਜ ਤੁਸੀਂ ਜੇ ਦੇਖੋਗੇ ਤੇ ਸਾਰੇ ਚੈਨਲਾਂ ਤੇ ਸਾਰੇ ਅਖਬਾਰਾਂ 'ਚ ਤਕਰੀਬਨ ਇਹ ਖਬਰ ਚੱਡੀ ਹੈ ਉਹ ਸ਼ਾਇਆ ਜਨ ਸ਼ੁਰੂ ਹੋਈ ਆ ਜੀ ਜੀ ਬਿਲਕੁਲ ਬਿਲਕੁਲ ਜੀ ਤੇ ਇਧਰੋਂ ਨਾਲ ਹੀ ਇਕ ਵੀਰ ਆਪਣੇ ਸਿਮਰ ਜੀ ਜੇ ਕਹਿੰਦੇ ਜੀ ਕਿ ਇਹ ਸਕੀਮ ਨਹੀਂ ਸਿਰੇ ਚੜਨੀ ਜੀ ਦਖਣ ਵਾਲੀ ਤਾਂ ਕਿਉਂਕਿ ਉਹਨਾਂ ਨੇ ਪਰਮਿਸ਼ਨ ਦੇ ਨਹੀਂ ਪਰ ਨਾਲ ਹੀ ਕਹਿੰਦੇ ਕਿ ਕੇਂਦਰੀ ਜੇਲ ਹੈ ਜੀ ਉਹ ਤਾਂ ਕਹਿੰਦੇ ਕਿ ਵੀ ਕੇਂਦਰ ਦੇ ਨਹੀਂ ਹੁੰਦੀ ਨਹੀਂ 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 ਕੇਂਦਰੀ ਜੇਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕੇਂਦਰ ਦੇ ਤਹਿਤ ਅਧੀਨ ਹੁੰਦੀ ਹੈ ਜੀ ਨਹੀਂ 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 ਜੀ ਸੂਬੇ ਦੇ ਪ੍ਰਭਾਵ ਸੂਬੇ ਨਹੀਂ ਉਹਦੇ ਚ ਕੀ ਹੁੰਦਾ ਹੈ ਕਿ ਇੱਕ ਦੇਖੋ ਜਿਵੇਂ ਮੈਂ ਤੁਹਾਨੂੰ ਆਪਣੇ ਨੇੜੇ ਦੀ ਮਿਸਾਲ ਦੇ ਦਿੰਦਾ ਫਾਜ਼ਲ ਕਾ ਕੀ ਹੈ ਸਬ ਜੇਲ ਤੇ ਫਿਰੋਜ਼ਪੁਰ ਕੀ ਹੈ ਸੈਂਟਰ ਜੇਲ ਮਤਲਬ ਕਿ ਛੋਟੇ ਕੇਸਾਂ ਵਾਲਿਆਂ ਨੂੰ ਸਬ ਜੇਲ ਵਿੱਚ ਰੱਖ ਲਿਆ ਜਾਂਦਾ ਵੱਡੇ ਕੇਸਾਂ ਵਾਲਿਆਂ ਨੂੰ ਜਿਹੜਾ ਉੱਥੇ ਭੇਜ ਦਿੱਤਾ ਜਾਂਦਾ ਉਹ ਇੱਕ ਸਿਸਟਮ ਇੱਥੋਂ ਦਾ ਹੈ ਇਹ ਨਹੀਂ ਹੈ ਕਿ ਸੈਂਟਰ ਦੀ ਜੇਲ ਅੱਡ ਬਣੀ ਹੋਈ ਹੈ ਇੱਥੇ ਜੀ ਆਸੀਂ ਕੇਂਦਰੀ ਜੇਲ ਕਰਕੇ ਸਮਝ ਲਈ ਕਿ ਪਰ ਇਹ ਨਹੀਂ 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 ਉਹ ਸੈਂਟਰ ਹੁੰਦਾ ਵੀ ਸੈਂਟਰ ਆ ਇਹ ਸੈਂਟਰ ਆ ਇਹ ਵੀ ਸਾਰੇ ਜ਼ਿਲ੍ਹੇ ਚੋਂ ਜਾਂ ਤਿੰਨ ਚਾਰ ਜ਼ਿਲ੍ਹਿਆਂ ਚੋਂ ਉਹ ਇੱਕ ਸੈਂਟਰ ਬਣਾ ਦਿੱਤਾ ਪਹਿਲਾ ਜ਼ਿਲ੍ਹਾ ਘਟ ਹੁੰਦੀ ਆ ਸੀਗੀਆਂ ਕਿ ਜੇ ਕੋਈ ਲੜਦਾ ਪਿੱੜਦਾ ਉੱਥੇ ਉਹ ਸੈਂਟਰ ਚ ਭੇਜ ਦਿਓ ਉਹ ਇਹ ਸਿਸਟਮ ਹੁੰਦਾ ਮੇਰੇ ਖਿਆਲ ਦੇ ਨਾਲ ਇਹ ਨਹੀਂ ਹੈ ਕਿ ਉਹਦਾ ਪ੍ਰਬੰਧ ਜਿਹੜਾ ਹੈ ਇਦਾਂ ਤਾਂ ਫਿਰ ਹੁਣ ਤਾਂ ਸੈਂਟਰਲ ਜੇਲਾ ਆਪਣੇ ਵਾਵਾ ਹੋ ਗਈਆਂ ਲੁਧਿਆਣਾ ਵੀ ਸੈਂਟਰਲ ਆ ਪਟਿਆਲਾ ਵੀ ਸੈਂਟਰਲ ਆ ਵੀ ਯਾਨੀ ਸੈਂਟਰ ਨੇ ਖੋਲ ਰੱਖਿਆ ਐਸਾ ਨਹੀਂ ਹੈ ਉਹਦੇ ਵਿੱਚ ਵੀ ਆਪਣਾ ਪੰਜਾਬ ਦਾ ਹੀ ਜਿਹੜਾ ਜੇਲ ਮੈਨੂਅਲ ਉਹ ਲਾਗੂ ਹੁੰਦਾ ਹੈ ਜੀ ਜੀ ਬਿਲਕੁਲ ਇਹ ਹੁੰਦਾ ਹੈ ਕਿ ਸਭ ਜੇਲ ਹੈ ਜ਼ਿਲ੍ਹਾ ਜੇਲ ਹੈ ਤੇ ਉਸ ਤੋਂ ਬਾਅਦ ਉਹ ਸੈਂਟਰ ਆ ਗਿਆ ਬਿਲਕੁਲ ਬਿਲਕੁਲ ਜਸਵੀਰ ਜੀ ਕਨੇ ਜੀ ਅੱਜ ਦੇ ਸਮੇਂ ਚ ਪੈਸਾ ਚੱਲਦਾਗਾ ਭਾਵੇਂ ਕਹਿੰਦੇ ਕਿ ਇਹਨਾਂ ਨੂੰ ਕੰਬੂੜੀਆਂ ਭੇਜ ਦਿਓ